लोग जाने ही गीत है, लोग जाने ही गीत है, ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। वाहे गुरु, 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 वाहे गुरु जी का खालसा, वाहे गुरु जी की फतेह। अंग है जी 32, सब तो नीचे वाला शब्द है श्री राग महला तीजा, गोविंद गुणी निदान है। श्री राग महला तीजा, श्री राग महला तीजा, गोविंद गुणी निदान है, गोविंद गुणी निदान है, अंत ना पाया जाए, अंत ना पाया जाए, कथनी बदनी ना पाई है, कथनी बदनी ना पाई है, हमें बिचों जाए, हमें बिचों जाए, सतगुर मिले सत पैर चे, सतगुर मिले सत पैर चे, आप बसै मन आए, आप बसै मन आए, पाई रे, पाई रे, गुरमुख बूझै कोई, गुरमुख बूझै कोई, बिन बूझे कर्म कमावणे, बिन बूझे कर्म कमावणे, जन्म पदार्थ खोए, जन्म पदार्थ खोए, रहाओ रहाओ, जिनी चाख्या तिनी साल पाया, जिनी चाख्या तिनी साल पाया, जिन चाखे परम भुलाए, जिन चाखे परम भुलाए, अमृत साचा नाम है, अमृत साचा नाम है, कहना कछु न जाए, कहना कछु न जाए, पीवत हूँ परवान पया, पीवत हूँ परवान पया, पूरे शब्द समाए, पूरे शब्द समाए, आपे दे तपाई है, आपे दे तपाई है, और करना किछु न जाए, और करना किछु न जाए, जीवन वाले कै हथ दात है, जीवन वाले कै हथ दात है, द्वारे पाए, गुरु द्वारे पाए, जेहा कीतोन तेहा हुए हुआ, जेहे कर्म कमाए, जेहे कर्म कमाए, जत सत संजम नाम है, जत सत संजम नाम है, बिन नावे निर्मल ना हुए, बिन नावे निर्मल ना हुए, पूरे भाग नाम मन बसे, पूरे भाग नाम मन बसे, शब्द मिलावा हुए, शब्द मिलावा हुए, नानक सहजे ही रंग वर्तदा, नानक सहजे ही रंग वर्तदा, हर गुण पावे सोए, हर गुण पावे सोए। श्री राग महला तीजा, गोविंद गुणी निदान है, अंत ना पाया जाए, मगर ओ गोविंद धरती पैदा करने वाला वाहिगुरु अकाल पुरख जो है वह गुणा का खजाना है, क्योंकि रंग रूप रेख भेख नहीं कोई, गोविंद गुणी निदान है, अंत ना पाया जाए, उदा कोई सिरा कोई अंत लभण की कोशिश करे तो नहीं पाया जाएगा। कथनी बदनी ना पाई है, हौमें विचों जाए, सिर्फ जबानी गल्लां बातां नाल कुछ नहीं मिलेगा, बल्कि नहीं पाया जाएगा, जब तक विचों हौमें नहीं जांदी तद तक उहदी प्राप्ति नहीं होती। सतगुर मिलिया सद भय वस रचै, आप वसै मन आए, सतगुर मिलिया सद भय रचै, सतगुरु नूं मिलण नाल यह मन जिहड़ा है, यह जीव जिहड़ा है, उहदे भय विच रहिंदा है, उस मालिक दे प्रेम भरे डर विच रहिंदा है,
ਤੇ ਉਦੋਂ ਫਿਰ ਆਪ ਮਨ ਵਿੱਚ ਆਣ ਵਸਦਾ, ਆਪ ਕਿਰਪਾ ਕਰਦਾ ਜਦੋਂ ਉਹਦਾ ਭੈ ਰਹਿੰਦਾ। ਸਾਨੂੰ ਲੋਕਾਂ ਦਾ ਭੈ ਬਹੁਤ ਹੈ, ਸਤਿਗੁਰੂ ਦਾ ਭੈ ਘੱਟ ਹੈ। ਜਦੋਂ ਅਸੀਂ ਉਹਦੇ ਭੈ 'ਚ ਰਵਾਂਗੇ ਫਿਰ ਨਾ ਅਸੀਂ ਵਿਚਾਰ ਕਰ ਸਕਾਂਗੇ, ਨਾ ਅਸੀਂ ਰਿਸ਼ਵਤ ਲੈ ਸਕਾਂਗੇ, ਨਾ ਹੀ ਮੱਧ ਕਰਮ ਕਰ ਸਕਾਂਗੇ, ਕਿਉਂਕਿ ਉਹ ਪਰਮਾਤਮਾ ਜੋ ਹੈ ਸਰਵ ਵਿਆਪਕ ਹੈ, ਹਰ ਜਗ੍ਹਾ ਹੈ। ਉਹਦਾ ਭੈ ਜਦੋਂ ਬਣਿਆ ਰਹੇਗਾ ਫਿਰ ਭੂਮੀਏ ਚੋਰ ਵਾਂਗੂ ਅਸੀਂ ਕੋਈ ਵੀ ਕਰਮ ਇਹੋ ਜਿਹਾ ਨਹੀਂ ਕਰ ਸਕਾਂਗੇ, ਕਿਉਂਕਿ ਜਿਹਨੂੰ ਭੈ ਹੈ ਸਤਿਗੁਰੂ ਦਾ, ਸਤਿਗੁਰੂ ਦੇ ਸ਼ਬਦ, ਸਤਿਗੁਰੂ ਦੇ ਬੋਲ ਜਦੋਂ ਸਾਡੇ ਚੇਤੇ ਰਹਿਣਗੇ, ਭੂਮੀਏ ਨੇ ਜਦੋਂ ਚੋਰੀ ਕਰਨ ਲੱਗਿਆਂ ਜ਼ਬਾਨ ਵਿੱਚ ਨਮਕ ਵਾਲੀ ਚੀਜ਼ ਪਈ ਤਾਂ ਉਹਨੇ ਉਸੇ ਵੇਲੇ ਯਾਦ ਆਇਆ ਕਿ ਮੇਰੇ ਸਤਿਗੁਰੂ ਦਾ ਹੁਕਮ ਹੈ, ਜਿਸ ਘਰ ਦਾ ਨਮਕ ਖਾਧਾ ਹਰਾਮ ਨਹੀਂ ਕਰਨਾ, ਛੱਡ ਆਇਆ ਬਸ। ਅਤੇ ਜਦੋਂ ਸਤਿਗੁਰੂ ਦੇ ਬੋਲ ਸਾਡੇ ਚੇਤੇ ਰਹਿਣਗੇ ਕਿ ਝੂਠ ਬੋਲ ਮੁਰਦਾਰ ਖਾਏ, ਉਸੇ ਵੇਲੇ ਛੱਡ ਦਿਆਂਗੇ। ਗਲਤ ਚੇਤੇ ਰਹਿਣ ਦੀ ਉਹਦੇ ਭੈ ਦੀ ਹੈ ਸਾਰੇ। ਭਾਈ ਰੇ ਗੁਰਮੁਖ ਬੂਝੈ ਕੋਏ, ਤੀਜੇ ਪਾਤਸ਼ਾਹ ਮੰਗਦੇ ਹੈ ਭਾਈ ਇਹਨਾਂ ਗੱਲਾਂ ਨੂੰ, ਇਹਨਾਂ ਵਿਚਾਰਾਂ ਨੂੰ ਕੋਈ ਗੁਰੂ ਵਾਲਾ ਬਣ ਕੇ ਹੀ, ਕੋਈ ਬਿਰਲਾ ਹੀ ਸਮਝਦਾ ਹੈ। ਬਿਰ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ। ਹਾਂ, ਬਿਨਾਂ ਸਮਝਿਆਂ ਦੇਖਾ ਦੇਖੀ ਸਭ ਕਰੈ, ਮਨਮੁਖ ਬੂਝ ਨਾ ਪਾਏ ਵਾਲੀ ਜਿਹੜੀ ਅਵਸਥਾ ਹੈ, ਜੇ ਬਿਨਾਂ ਸਮਝੇ ਅਸੀਂ ਕਰੀ ਤੇ ਜਾ ਰਹੇ ਹਾਂ, ਕਰਮ ਤੇ ਕਰੀ ਜਾ ਰਹੇ, ਧਾਰਮਿਕ ਕਰਮ ਬਾਹਰਲੇ ਬਾਹਰਲੇ। ਪਾਤਸ਼ਾਹ ਕਹਿੰਦੇ ਭਾਈ ਇਸ ਤਰ੍ਹਾਂ ਦੇ ਜਿਹੜੇ ਕਰਮ ਕਮਾਉਣੇ ਨੇ ਉਹ ਤੇ ਜਨਮ ਵਿਅਰਥ ਕਮਾਉਣਾ ਹੈ, ਮਨੁੱਖਾ ਜਨਮ ਲੈ ਕੇ ਵੀ ਆਪਣਾ ਸਮਾਂ ਵਿਅਰਥ ਕਰਨ ਵਾਲੀ ਗੱਲ ਹੈ। ਰਹਾਉ ਜਿੰਨੀ ਚਾਖਿਆ ਤਿੰਨੀ ਸਾਧ ਪਾਇਆ, ਜਿਨ੍ਹਾਂ ਨੇ ਇਹ ਨਾਮ ਰੂਪੀ ਅੰਮ੍ਰਿਤ ਨੂੰ ਚਖਿਆ ਉਹਨਾਂ ਨੇ ਸਾਧ, ਸਾਧ ਦਾ ਅਰਥ ਹੈ ਸਵਾਦ, ਉਹਨਾਂ ਨੂੰ ਪ੍ਰਾਪਤ ਹੋਇਆ। ਤਿੰਨ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਏ, ਪਰਮਾਤਮਾ ਦੇ ਨਾਮ ਦੇ ਇਸ ਰਸ ਨੂੰ ਚੱਖੇ ਤੋਂ ਬਿਨਾਂ ਸਿਰਫ ਗੱਲਾਂ ਬਾਤਾਂ ਨਾਲ ਤੇ ਅਸੀਂ ਭਰਮਾਂ ਭੁਲੇਖਿਆਂ ਵਿੱਚ ਹੀ ਪਏ ਹੋਏ। ਬਿਨ ਚਾਖੇ ਭਰਮ ਭੁਲਾਏ, ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਿਛੂ ਨਾ ਜਾਏ। ਅੰਮ੍ਰਿਤ ਕੀ ਹੈ? ਅੰਮ੍ਰਿਤ ਹਰ ਕਾ ਨਾਮ, ਉਹ ਸੱਚਾ ਨਾਮ ਹੀ ਸਹੀ ਮਾਇਨੇ ਵਿੱਚ ਅੰਮ੍ਰਿਤ ਹੈ, ਪਰ ਕਹਿਣਾ ਕਿਛੂ ਨਾ ਜਾਏ। ਉਹਦੇ ਬਾਰੇ ਜੇ ਕੋਈ ਕਹਿਣ ਦੀ ਕੋਸ਼ਿਸ਼ ਕਰੇ ਕਿ ਮੈਂ ਇਹਨੂੰ ਬਿਆਨ ਕਰ ਦਿਆਂਗਾ, ਕਹਿੰਦੇ ਨਹੀਂ। ਕਹਿਣਾ ਕਛੂ ਨਾ ਜਾਏ, ਪੀਵਤ ਹੂੰ ਪ੍ਰਵਾਨ ਭਇਆ, ਪੂਰਾ ਸ਼ਬਦ ਸਮਾਏ। ਜਿਨ੍ਹਾਂ ਨੇ ਇਹ ਨਾਮ ਰਸ ਪੀਤਾ, ਕਹਿੰਦੇ ਪੀਂਦਿਆਂ ਹੀ ਉਸ ਮਾਰਗ ਦਲ ਤੇ ਪ੍ਰਵਾਨ ਹੋ ਗਿਆ, ਪੂਰਾ ਸ਼ਬਦ ਸਮਾਏ। ਉਸ ਪੂਰੇ ਦੇ ਸ਼ਬਦ ਦੁਆਰਾ ਉਹਦੇ ਵਿੱਚ ਸਮਾ ਗਿਆ, ਉਹਦੇ ਵਰਗਾ ਹੀ ਹੋ ਗਿਆ ਬਸ। ਜਿਸ ਤਰ੍ਹਾਂ ਇੱਕ ਨਮਕ ਦੀ ਡੜੀ ਜੋ ਅਸੀਂ ਸਮੁੰਦਰ 'ਚ ਸੁੱਟ ਦਈਏ ਤੇ ਉਹ ਸਮੁੰਦਰ ਬਣ ਗਏ, ਆਪਣਾ ਖਾਰਾਪਨ ਉਹਦੇ ਵਿੱਚ ਮਿਲਾ ਲਿਆ ਉਹਨੇ, ਆਪਣਾ ਠੋਸਪਨ, ਆਪਣੀ ਵਿਲੱਖਣਤਾ, ਆਪਣਾ ਆਕਾਰ ਹੀ ਖਤਮ ਕਰ ਦਿੱਤਾ ਉਹਨੇ। ਇਸੇ ਤਰ੍ਹਾਂ ਹੀ ਪਾਤਸ਼ਾਹ ਉਸ ਮਾਲਕ ਦੇ ਨਾਲ ਆਪਣੀ ਮੈਂ ਨੂੰ ਮਿਟਾ ਕੇ ਉਹਦੇ ਵਿੱਚ ਜਾ ਸਮਾਏ। ਆਪੇ ਦੇਹ ਤਾਂ ਪਾਈਐ ਹੋਰ ਕਰਨਾ ਕਿਛੂ ਨਾ ਜਾਏ, ਪਰ ਇਹ ਦਾਤ ਉਹ ਆਪ ਹੀ ਦਵੇ ਤੇ ਮਿਲਦੀ, ਉਹ ਕਿਰਪਾ ਕਰੇ ਤਾਂ ਬਖਸ਼ਿਸ਼ ਹੈ। ਤੇ ਪਾਤਸ਼ਾਹ ਹੋਰ ਕਰਨਾ ਕਿਛੂ ਨਾ ਜਾਏ, ਦੇਵਣ ਵਾਲਾ ਕਹਿ ਹੱਥ ਦਾਤ ਹੈ, ਇਹ ਦਾਤ ਤੇ ਉਸ ਦੇਵਣ ਵਾਲੇ ਦੇ ਹੱਥ ਹੈ। ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਇਸ ਦੇ, ਦੇਵਣ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰਾ ਪਾਏ। ਅਗਲੀ ਗੱਲ ਤੀਜੇ ਪਾਤਸ਼ਾਹ ਕਹਿੰਦੇ ਹਾਂ ਇਹ ਗੁਰੂ ਦੁਆਰਾ ਮਿਲ ਸਕਦੀ, ਗੁਰੂ ਦੇ ਦੱਸੇ ਮਾਰਗ ਦੇ ਅਨੁਸਾਰ ਗੁਰੂ ਦੇ ਦੁਆਰਾ ਆਪਣਾ ਜੀਵਨ ਜਿਉਂ ਕੇ ਉਹ ਜਿਹਾ ਆਪਣੇ ਆਪ ਨੂੰ ਗੁਰੂ ਅਰਪਣ ਕਰਕੇ ਇਹ ਮਿਲ ਸਕਦੀ ਹੈ ਦਾਤ। ਜਿਹਾ ਕੀਤੋਂ ਤਿਹਾ ਹੋਆ, ਜਿਹੇ ਕਰਮ ਕਮਾਏ। ਹਾਂ, ਜਿਹੋ ਜਿਹਾ ਤੂੰ ਕੀਤਾ ਉਸਨੇ ਮਾਲਕ ਨੇ ਉਹੋ ਜਿਹਾ ਹੋਏਗਾ, ਜਿਹੋ ਜਿਹਾ ਸਵਾਲ ਸਾਡਾ ਮੁੱਢ ਤੋਂ ਬਣਿਆ ਉਹ ਜੇ ਹੋਏਗਾ। ਕਹਿੰਦੇ ਜਿਹੇ ਕਰਮ ਕਮਾਏ ਉਹੋ ਜਿਹੇ ਕਰਮ ਕਮਾਉਂਦਾ। ਜਤ ਸਤ ਸੰਜਮ ਨਾਮ ਹੈ, ਬਿਨ ਨਾਮ ਹੈ ਨਿਰਮਲ ਨਾ ਹੋਏ। ਅਸੀਂ ਜਤ ਕਰਦੇ ਹਾਂ, ਤਪ ਕਰਦੇ ਹਾਂ, ਹੋਰ ਕਰਮ ਕਾਂਡ ਕਰਦੇ ਹਾਂ ਆਪਣੀ ਪਵਿੱਤਰਤਾ ਲਈ, ਤੀਰਥਾਂ ਤੇ ਇਸ਼ਨਾਨ ਜਾਂਦੇ ਕਰਨ, ਤੀਰਥ ਨਾਵਣ ਜਾਓ ਤਾਂ ਤੀਰਥ ਨਾਮ ਹੈ। ਮਹਾਰਾਜ ਨਾਮ ਨੂੰ ਵਡੇਗ ਦਿੰਦੇ ਨੇ, ਇਹ ਪਰਮਾਤਮਾ ਦਾ ਨਾਮ ਸਿਮਰਨ ਜੋ ਹੈ ਇਹਦੇ ਵਿੱਚ ਹੀ ਪਾਤਸ਼ਾਹ ਨੇ ਜਤ ਸਤ ਸੰਜਮ ਇਹ ਸਭ ਕੁਝ ਨਾਮ ਵਿੱਚੋਂ ਹੀ ਪ੍ਰਾਪਤ ਹੁੰਦੇ ਨੇ।
बिन नामे निर्मल ना होए। ये मन परमात्मा दे नाम तो बिना पवित्र नहीं हो सकता। एक गल बड़ी वेखण सामने आई कि साडा जिहड़ा शरीर है वो कदे भी पवित्र नहीं हो सकता। असी सारा जोर इस शरीर नूं पवित्र करन ते लाउने आ। हाँ, ये मन पवित्र हो सकता है पर असी 0.1% भी इहदे वल कदे ध्यान नहीं दिंदे। पर कहिंदे मन धोवो शब्द लागो हर सिउ रहो चित लाए। ये मन नूं गुरु दे शब्द द्वारा धो के वेख, अपना चित समारकना ला के तां वेख, ये मन पवित्र हो जाएगा। पूरे भाग नाम मन वसै शब्द मिलावा होए। हां, पूरे भाग अधूरे कर्मा नाल नहीं, मन वचन ते कर्म। कहिंदे जदों इस तरह तू अपने मालक नूं ध्योएगा, भाग उद्यम करेगा, तां की होएगा? मन च वसदा है ते शब्द द्वारा गुरु दे उपदेश द्वारा उहदे नाल मिलाप हो जांदा है। नानक सहजे ही रंग वरतदा हर गुण पावै सोए। हां, उस वाहिगुरु अकाल पुरख का जो प्रेम है, रंग है, उहदा गुण ने पातशाह ने सहजे ही शांत मन होके प्रेम विच निभदा है उहदा मन। उस मार्ग नाल जे निभाउणी चाहुंदा है ना, तां शांत मन नाल, निम्रता नाल, सहज नाल, होमे नाल नहीं, सहज नाल, निम्रता नाल निभाउणा करदा। हर गुण पावै सोए, उह ही हरी दे गुणां नूं पा सकेगा। परमात्मा की कल भी दास ने बेनती की थी कि उड़ीक करनी जिहड़ी है, सहज विच रहना जिहड़ा है, वह बड़ा जरूरी। ते पाछले उस नाल सहज विच ही निभ सकती है, होमे ते हंकार नाल उस मालक नाल नहीं निभ सकती। हांजी, श्री राग महला तीजा। श्री राग महला तीजा। माया साधै उर्द तप करै। माया साधै उर्द तप करै। विचों होमै ना जाए। विचों होमै ना जाए। अध्यात्म कर्म जे करे। अध्यात्म कर्म जे करे। नाम ना कर्म ही पाए। नाम ना कर्म ही पाए। गुर कै शब्द जीवत मरै। गुर कै शब्द जीवत मरै। हर नाम बसै मन आए। हर नाम बसै मन आए। सुन मन मेरे। सुन मन मेरे। भज सतगुर सरना। भज सतगुर सरना। गुर प्रसादी छुटी है। गुर प्रसादी छुटी है। इक भावजल शब्द गुर तरना। इक भावजल शब्द गुर तरना। रहाओ रहाओ त्रै गुण सदा तात है। त्रै गुण सदा तात है। दूजा पाओ विकार। दूजा पाओ विकार। पंडित पढ़े बंधन मोह बाधा। पंडित पढ़े बंधन मोह बाधा। मैं बूझे बिखिया प्यार। मैं बूझे बिखिया प्यार। सतगुर मिले त्रिकुटी छूटे। सतगुर मिले त्रिकुटी छूटे। चौथे पद मुक्त द्वार। चौथे पद मुक्त द्वार। गुरते मार्ग पाईए। गुरते मार्ग पाईए। चुकै मोह गुवार। चुकै मोह गुवार। शब्द मरै तां उद्धरै। शब्द मरै तां उद्धरै। पाए मोख द्वार। पाए मोख द्वार। गुर प्रसादी मिल रहै। गुर प्रसादी मिल रहै। सच नाम करतार। सच नाम करतार। ए मनुआ अत सवल है। ए मनुआ अत सवल है। छड्डे ना कितै उपाय। छड्डे ना कितै उपाय। दूजै पाए दुख लाएंदा। दूजै पाए दुख लाएंदा। बहुती देह सजाए। बहुती देह सजाए। नानक नाम लगे से उबरे। नानक नाम लगे से उबरे। होमै शब्द गवाए। होमै शब्द गवाए। श्री राग महला तीजा। हुण तीजे पातशाह साहिब श्री गुरु अमरदास जी महाराज उन्हां लोकां दी गल करदे ने जो अध्यात्मिक कर्म ते करदे ने पर अंदरला हंकार जो है, विकार जो है, वह नहीं छड़दे। नाम की प्राप्ति नहीं हो सकती। काया सादै उर्द तप करै, विचों होमै ना जाए।
काया नू साधद है, शरीर नू साधना करदा है, उड़द उठा हो के लभ के तप करदा है, विचों होमे ना जाए पर अंदरों विचों होमे नहीं जा रही। वो हंकार हो गया कि मैं इन्ने चिर तो आ काम कर रहा हूं। अध्यात्मिक जीवन दे विच ये बड़ा हैरानी वाली गल है कि असीं तुरदे तां अपनी होमे नूं मारन लई आ, पर ज्ञान की प्राप्ति बाद भी कई बार साडे च होमे आ जांदी कि मैं हुण बहुत जाण गया। ये जाण के भी साडे अंदर होमे प्रगट हो जांदे ते मरगड़े कर्मकांड करदा होया अपने काया नूं साधदा रहा। वो काया नूं साधन करके ही कि इन्ने चिर तों मैं तप कर रहा, इन्ने चिर तों मैं रोटी नहीं खाधी, इन्ने चिर तों मैं आ नहीं कीता, कहिंदे नहीं। अध्यात्मक कर्म जे करे नाम ना कभी पाए, जिहड़े अध्यात्मक करण ने प्रोटी जे इंद्रियां नूं सुधन वास्ते नेती धोती गज ये जिन्ने भी ये कर्म ने ये योगियां दे कर्म ने सारे आचरण इस तरह से करता रहा, अपने आप नूं कष्ट दिंदा रहा, धुप्पे बैठ के धूणे च बैठ के आले दुआले अग बाल के इन्ना कुछ करता रहा। अध्यात्म कर्म नाम ना कभी पाए, पर नाम की प्राप्ति कदे भी नहीं हो सकती। ये गुर कै शब्द जीवत मरै, हर नाम वसै मन आए। हां, गुरु दे शब्द द्वारा जे जीवत मरै भाव ज्यौंदे जी अपनी होमे नूं अपनी मैं नूं मार लवे तां कने हरी दा नाम मन च वस सकदा है, वरना नहीं। परमात्मा दे गुण तां ही वस सकदे ने जी अंदरों मैं छड्डेगा अपने। सुन मन मेरे भज सतगुर शरणा, इस करके सुन मन मेरे मना, सुन की करना चाहिए तेनू, भज के सतगुरु की शरण में चला जा। बस इको एक तरीका है, शरण में चला जा अपनी मैं छड के अहंकार को छड। गुरप्रसादी छुट्टी है बिक भवचल शब्द गुर तरना। गुरप्रसादी उच्चारण है प्रसाद कृपा गुरु दियां बख्शिशां। गुरप्रसादी छुट्टी है ज्यौंदे जी इन्हां विकारां तों जे छुटकारा करना चाहुंदा है तां गुरु दी कृपा। बिक भवचल शब्द गुरु तरना, ये भवज जिहड़ा कि विखम है बड़ा औखा है तरना, पर गुरु दे शब्द द्वारा इहनूं तरिया जा सकदा है। इस तरह तू तर सकदा है, इस तरह तू पार हो सकदा है संसार सागर तों। रहाओ त्रै गुण सभा धात है दूजा भाओ विकार। पातशाह कहिंदे जिन्ने भी कर्म ने त्रै गुण रजो गुण तमो गुण सतो गुण ये सारे ही धात है, धात तों भाव है। इत्थे इक तात बहुत वारी आउंदा है नाशवान है, ये सब कुछ नाशवान है, थोड़े समय का है। दूजा भाव विकार ना दूजा प्रेम है परमात्मा नूं छड के इस देही नाल इस संसार नाल मोह जिहड़ा तू पाई बैठा है ये विकार है, वजूद पैदा करता तेरे अंदर विकार पैदा करता है। पंडित पढ़े बंधन मोह बाधा, विद्वान पढ़ते रहे पढ़ते रहे, पंडित का मतलब विद्वान है, एक वचन है। पंडित पढ़े बंधन वो वादा, बंधना विच ते मोह विच फसया होया पढ़ते रहे। नै बूझै विखिया प्यार, पर इस विखिया दे प्यार नूं समझ नहीं सकया, ये जहर जिहड़ा जहर नाल प्यार पाई बैठा ना इहनूं नहीं समझ सकया। सतगुरु मिले है त्रिकुटी छूटै, सतगुरु नूं मिलण नाल ये त्रिकुटी जिहड़ी है रजोगुण तमोगुण सतोगुण दी, ते बहुते लोक इस गल की विचार करते हैं त्रिकुटी साढ़े मत्थे की त्योड़ी भी कहने, जिन्होंने साढ़े मत्थे की त्योड़ी कदों पैंदी जदों खिजिया हो इंसान मत्थे की त्योड़ी अंदर खिज पैदा हो जाए वो कहने ता ही छुट सकती है त्रिकुटी साढ़े अंदरों। सतगुरु मिले हैं त्रिकुटी छुट्टै चौथा पद मुक्त द्वार, चौथा पद है सहज पद। दसम द्वार निज घर सहज अवस्था जिन्होंने कहने असं चौथे पद जाके इन्हां तिन्नां तों उपर उठ के रजोगुण तमोगुण सतोगुण तों ये तां ही छुटकारा हो सकदा है, नहीं तो संसार तही गुणी संसार भरम सुत्ता सुत्तिआं रहण विहाणी, नहीं सुत्तिआं बीत गई जिंदगी। गुर ते मार्ग पाईऐ चूकै मोह गुवार,
ਹੁਣ ਤੀਜਾ ਪਦ ਸ਼ੁਰੂ ਕਰਦੇ ਨੇ ਮਾਰਗ ਨੇ, ਇਹ ਮਾਰਗ ਹੈ ਨਾ ਸਹੀ ਮੰਨੇ, ਸਾਡਾ ਮਾਰਗ ਕੀ ਹੈ, ਮੰਜ਼ਿਲ ਤੱਕ ਪਹੁੰਚਣ ਲਈ ਸਾਨੂੰ ਮਾਰਗ ਚਾਹੀਦਾ, ਇਹ ਗੁਰੂ ਤੋਂ ਮਿਲੇਗਾ ਗਿਆਨ ਦੁਆਰਾ। ਗੁਰ ਤੇ ਮੈਂ ਮਾਰਗ ਪਾਈਐ ਚੂਕੈ ਮੋਹ ਗਵਾਰ, ਸਾਡੇ ਅੰਦਰ ਮੋਹ ਦਾ ਹਨੇਰਾ ਗਵਾਰ ਜੋ ਬਣਿਆ ਹੋਇਆ ਉਹ ਚੁੱਕਿਆ ਜਾਂਦਾ ਜਦੋਂ ਗੁਰੂ ਕਿਰਪਾ ਕਰਦਾ। ਸ਼ਬਦ ਮਰੈ ਤਾਂ ਉਦਰੈ ਪਾਏ ਮੋਖ ਦੁਆਰ, ਗੁਰੂ ਦੇ ਸ਼ਬਦ ਦੁਆਰਾ ਜਦੋਂ ਮਰਦਾ ਇਨਸਾਨ, ਅੰਦਰੋਂ ਮੈਂ ਮਰਦੀ ਫਿਰ ਤਾਂ ਹੀ ਮੁਕਤੀ ਦਾ ਦੁਆਰ ਮਿਲਦਾ, ਤਾਂ ਜਿਉਂਦੇ ਜੀ ਮੁਕਤ ਹੁੰਦਾ ਇਨਸਾਨ ਇਹਨਾਂ ਤੋਂ। ਗੁਰਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰ, ਗੁਰੂ ਦੀ ਕਿਰਪਾ ਦੁਆਰਾ ਉਹ ਸੱਚੇ ਨਾਮ ਜਿਹੜਾ ਕਿ ਕਰਤਾਰ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਉਹਦੇ ਨਾਲ ਮਿਲ ਕੇ ਰਹਿੰਦਾ, ਜੁੜਿਆ ਰਹਿੰਦਾ। ਇਹ ਮਨਮਾਤ ਸਬਲ ਹੈ ਛੱਡੇ ਨਾ ਕਿਤੇ ਉਪਾਏ, ਸਬਲ ਉਚਾਰਨੇ ਦਾ ਹੈ ਵੱਡੇ ਬਲ ਵਾਲਾ। ਆਮ ਕਰਕੇ ਸਬਲ ਜਿਹੜਾ ਸ਼ਬਦ ਬੋਲਦੇ ਹਾਂ ਅਸੀਂ, ਸਬਲ ਹੁੰਦਾ ਇੱਕ ਹਥਿਆਰ ਲੋਹੇ ਦਾ, ਜਿਹੜੀ ਆਮ ਆਪਣੇ ਘਰਾਂ ਚ ਵਰਤਦੇ ਹਾਂ, ਇੱਥੇ ਸਬਲ ਸ਼ਬਦ ਹੈ ਇਹਦਾ, ਬਹੁਤੇ ਬਲ ਵਾਲਾ ਤਾਕਤਵਰ। ਇਹ ਮਨ ਜਿਹੜਾ ਹੈ ਕਹਿੰਦੇ ਸਬਲ ਹੈ, ਬੜਾ ਬੜਾ ਤਾਕਤਵਰ ਹੈ ਇਹ। ਇਹ ਮਨੁਆਤ ਸਬਲ ਹੈ ਛੱਡੇ ਨਾ ਕਿਤੇ ਉਪਾਏ, ਇਹ ਛੱਡਦਾ ਨਹੀਂ, ਇਹ ਆਪਣੀ ਹਿੰਡ ਨੂੰ ਆਪਣੀ ਤਾਕਤ ਨੂੰ ਨਹੀਂ ਛੱਡਦਾ ਛੇਤੀ ਛੇਤੀ। ਦੂਜੇ ਭਾਏ ਦੁੱਖ ਲਾਏਂਦਾ ਬਹੁਤੀ ਦੇ ਸਜਾਏ, ਹਾਂ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਇਹ ਹੋਰ ਭਾਉ ਵਿੱਚ ਫਸ ਕੇ ਕਹਿੰਦੇ ਸਾਨੂੰ ਸਜਾਵਾਂ ਦਵਾ ਦਿੰਦਾ। ਵੇਖੋ ਇਹ ਮਨ ਜਿਹੜਾ ਹੈ, ਨਾਨਕ ਨਾਮ ਲੱਗੇ ਸੇ ਉਪਰੇ ਹਉਮੈ ਸ਼ਬਦ ਗਵਾਏ, ਤੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਨਾਮ ਦੁਆਰਾ ਇਸ ਨਾਲ ਲੱਗੇ ਹੋਏ ਨੇ, ਇੱਧਰ ਨੂੰ ਤੁਰੇ ਹੋਏ ਨੇ, ਉਹ ਤੇ ਸੰਸਾਰ ਸਾਗਰ ਤੋਂ ਉੱਭਰ ਗਏ, ਉਹਨਾਂ ਨੇ ਆਪਣੀ ਹਉਮੈ ਨੂੰ, ਕਿਉਂਕਿ ਮਨ ਦੀ ਮਹਿਲ ਜਿਹੜੀ ਸੀ ਉਹ ਗੁਰੂ ਦੇ ਸ਼ਬਦ ਦੁਆਰਾ ਗਵਾ ਦਿੱਤੀ, ਖਤਮ ਕਰ ਦਿੱਤੀ ਅੰਦਰੋਂ। ਨਾਮ ਦਾ ਪ੍ਰਸਾਰਾ ਜਦੋਂ ਅੰਦਰ ਹੋਇਆ ਤਾਂ ਅੰਦਰੋਂ ਹਉਮੈ ਚਲੀ ਗਈ। ਜਦ ਤੱਕ ਮੈਂ ਰਹੇਗੀ, ਕਿਸੇ ਵੀ ਕਿਸਮ ਦੀ ਜਿਹੜੀ ਮੈਂ ਹੈ ਜਦ ਤੱਕ ਰਹਿੰਦੀ ਸਾਡੇ ਅੰਦਰ, ਸਾਡਾ ਉਸ ਮਾਲਕ ਨਾਲ ਉਨਾ ਚਿਰ ਮੇਲ ਨਹੀਂ ਹੋ ਸਕਦਾ। ਆ ਹਉਮੈ ਗਈ ਤੇ ਨਾਮ ਵਸਿਆ, ਬਸ ਇੰਨਾ ਹੀ ਫਰਕ ਹੈ। ਤੇ ਇਹ ਮਨ ਸਬਲ ਹੈ ਕਿਉਂਕਿ ਮਨ ਤਕੜ ਹੈ, ਮਨ ਬਲਵਾਨ ਹੈ। ਦਾਸ ਨੇ ਪਹਿਲਾਂ ਵੀ ਇਸ ਦੀ ਉਦਾਹਰਣ ਆਪਾਂ ਨੂੰ ਬਾਣੀ ਚ ਆਉਂਦੀ, ਆਪਾਂ ਆਪਣੇ ਆਲੇ ਦੁਆਲੇ ਦੇਖਦੇ ਹਾਂ, ਹਰ ਚੀਜ਼ ਦਾ ਇੱਕ ਤਰੀਕਾ ਹੈ। ਬਲਦ ਜਿਹੜਾ ਹੈ ਤਾਕਤਵਰ ਜਾਨਵਰ ਹੈ, ਉਹ ਨੱਥ ਨਾਲ ਕਾਬੂ ਆਉਂਦਾ ਹੈ। ਘੋੜਾ ਇੱਕ ਤਾਕਤਵਰ ਜਾਨਵਰ ਹੈ, ਉਹ ਲਗਾਮ ਨਾਲ ਕਾਬੂ ਆਉਂਦਾ ਹੈ। ਹਾਥੀ ਇੱਕ ਤਾਕਤਵਰ ਜਾਨਵਰ ਹੈ, ਉਹ ਅੰਕੁਸ਼ ਨਾਲ ਕਾਬੂ ਆਉਂਦਾ ਹੈ। ਇਹ ਵੀ ਬਹੁਤ ਤਾਕਤਵਰ ਹੈ ਮਨ ਵੀ ਸਾਡਾ, ਪਰ ਇਹ ਗੁਰੂ ਦੇ ਸ਼ਬਦ ਦੁਆਰਾ ਕਾਬੂ ਆਉਂਦਾ ਹੈ। ਮਤ ਕੋਈ ਜਾਣੇ ਕਿ ਕਰਮ ਕਾਂਡਾਂ ਦੁਆਰਾ ਮੈਂ ਇਹਨੂੰ ਕਾਬੂ ਕਰ ਲਵਾਂਗਾ, ਮਨ ਕਿ ਨਹੀਂ। ਇਸ ਕਰਕੇ ਗੁਰੂ ਦੇ ਸ਼ਬਦ ਦੁਆਰਾ ਹੀ ਮਾਰੇ ਸਮਝਾਉਣਾ ਕਰਦੇ ਨੇ ਤੀਜੇ ਪਾਤਸ਼ਾਹ, ਕਹਿੰਦੇ ਇਸ ਸ਼ਬਦ ਦੁਆਰਾ ਆਪਣੀ ਮੈਂ ਇਹਨੂੰ ਅੰਦਰੋਂ ਗਵਾ ਲੈਂਦਾ ਹੈ। ਹਾਂਜੀ, ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਐ, ਕਿਰਪਾ ਕਰੇ ਗੁਰ ਪਾਈਐ, ਹਰ ਨਾਮੋ ਦੇ ਦ੍ਰਿੜਾਏ, ਹਰ ਨਾਮੋ ਦੇ ਦ੍ਰਿੜਾਏ, ਬਿਨ ਗੁਰ ਕਿਨੈ ਨਾ ਪਾਇਓ, ਬਿਨ ਗੁਰ ਕਿਨੈ ਨਾ ਪਾਇਓ, ਬਿਰਥਾ ਜਨਮ ਗਵਾਏ, ਬਿਰਥਾ ਜਨਮ ਗਵਾਏ, ਮਨਮੁਖ ਕਰਮ ਕਮਾਵਣੇ, ਮਨਮੁਖ ਕਰਮ ਕਮਾਵਣੇ, ਦਰਗਹਿ ਮਿਲੈ ਸਜਾਈ, ਦਰਗਹਿ ਮਿਲੈ ਸਜਾਈ, ਮਨ ਰੇ ਮਨ ਰੇ, ਦੂਜਾ ਭਾਉ ਚੁਕਾਏ, ਦੂਜਾ ਭਾਉ ਚੁਕਾਏ, ਅੰਤਰ ਤੇਰਾ ਹਰ ਵਸੈ, ਅੰਤਰ ਤੇਰਾ ਹਰ ਵਸੈ, ਗੁਰ ਸੇਵਾ ਸੁਖ ਪਾਏ, ਗੁਰ ਸੇਵਾ ਸੁਖ ਪਾਏ, ਰਹਾਉ ਰਹਾਉ, ਸੱਚ ਬਾਣੀ ਸੱਚ ਸ਼ਬਦ ਹੈ, ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਧਰੇ ਪਿਆਰ, ਜਾਂ ਸੱਚ ਧਰੇ ਪਿਆਰ, ਹਰ ਕਾ ਨਾਮ ਮਨ ਵਸੈ, ਹਰ ਕਾ ਨਾਮ ਮਨ ਵਸੈ, ਹਉਮੈ ਕ੍ਰੋਧ ਨਿਵਾਰ, ਹਉਮੈ ਕ੍ਰੋਧ ਨਿਵਾਰ, ਮਨ ਨਿਰਮਲ ਨਾਮ ਧਿਆਈਐ, ਮਨ ਨਿਰਮਲ ਨਾਮ ਧਿਆਈਐ, ਤਾਂ ਪਾਏ ਮੋਖ ਦੁਆਰ, ਤਾਂ ਪਾਏ ਮੋਖ ਦੁਆਰ, ਹਉਮੈ ਵਿੱਚ ਜਗ ਵਿਣਸਦਾ, ਹਉਮੈ ਵਿੱਚ ਜਗ ਵਿਣਸਦਾ, ਮਰ ਜੰਮੈ ਆਵੈ ਜਾਏ, ਮਰ ਜੰਮੈ ਆਵੈ ਜਾਏ, ਮਨਮੁਖ ਸ਼ਬਦ ਨਾ ਜਾਣਨੀ, ਮਨਮੁਖ ਸ਼ਬਦ ਨਾ ਜਾਣਨੀ, ਦਾਸਨ ਭਗਤ ਗਵਾਏ, ਦਾਸਨ ਭਗਤ ਗਵਾਏ, ਗੁਰ ਸੇਵਾ ਨਾਉ ਪਾਈਐ, ਗੁਰ ਸੇਵਾ ਨਾਉ ਪਾਈਐ, ਸੱਚੇ ਰਹਿ ਸਮਾਏ, ਸੱਚੇ ਰਹਿ ਸਮਾਏ, ਸ਼ਬਦ ਮੰਨਿਆ ਗੁਰ
गुर पाई है विचों आप गवाए आंदन भगत करे सदा साचे की लिबलाए नाम पदार्थ मन बसिया नानक सहज समाए श्री राग महला तीजा मगने कृपा करे गुर पाईए हर नामो दे दृढ़ाए तीजे पाश मगने जदो वह कृपा करता है तो सानू गुरु की प्राप्ति होंगी उसकी कृपा तो बिना सानू गुरु भी नहीं मिलता भटक रहे असीं तीजे पाशाह खुद आप 62 साल की उम्र तक तीर्थां ते जांदे रहे गुरु नानक पातशाह उन्होंने समकाली रहे ने गुरु नानक पातशाह करतारपुर के कोल ही बस रखे कि फर्क है दर्शन नहीं कर सके क्योंकि वह अपने कर्मकांडा च पे हुए सी ते गुरु साहब बाहर उदासियां ते सन कोले हुंदे होया भी नहीं जान सके हाँ कृपा हुई बख्शिश हुई शब्द द्वारा घर दे विचों ही नूह तो जिहड़ी एक दूजे पातशाह जी वंगदेव महाराज दे बेटी सन बेबे अमरो जी उन्हां वल्लों वेखो घर दे विचों शब्द नूं सुन के अंदर ठंड पई जानकारी प्राप्त करन लई तुरे गुरु ने कृपा की उस मालिक वालों उस प्रभु वालों कृपा हुई उत्थे महाराज इसनूं संकेत करदे ने कि मत कोई जाने कि मैं पालवांगा कहिंदे नहीं उहदी कृपा तो बिना गुरु भी नहीं मिलता कृपा करे गुर पाई है हर नामो दे दृढ़ाए वह गुरु प्रसन्न हरि का नाम दृढ़ करवा दिंदा है उहदी कृपा हुंदी ते गुरु की प्राप्ति ते गुरु की करदा है सानू नाम दृढ़ करवा दिंदा है पक्का करा दिंदा है बिन गुर किने ना पायो हो बिरथा जन्म गवाए किने बिना गुरु तो बिना जानकारी तो बिना नॉलेज तो बिना ज्ञान तो किसी ने नहीं प्राप्त किया नहीं तो बिरथ जन्म गवा के चले गए मनमुख कर्म कमावने दरगह मिले सजाए उन्होंने मनमुख ने कर्म तो कमाते ने पर दरगाह में सजावा पा लेंगे ने क्योंकि वो आप उधरे चल रहे हैं अपने आप कि मेरे मुताबक इंज है जी मेरे मुताबक इंज है नहीं सतगुरु ने एक सानू मार्ग दिता बड़ा वधिया जो कि परखिया होया मुड़ के असी बार बार परखण के चक्कर च क्यों पईए वह बाणी लिखती रूप में शब्द गुरु साढ़े को मौजूद है पातशाह ने जो मनमुख लगे ने वह भाई बहुत ही मिले सजाए सजावं भुगतते ने मन रे दूजा भाव चुकाए ऐ मना जिहड़ा दूजा प्रेम मन में धारी बैठा नाम तो बिना होर वो चक दे मुका खत्म कर मेरे राम हम बारक हर प्रभ के हैं ए आणी हम बारक हर प्रभ के हैं ए आणी।